ਸਵਾਗਤ ਕੀਤਾ ਜਾਂਦਾ ਜੀ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਦੇ ਵਿੱਚ। ਮੈਂ ਅੰਦਰ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਆ ਜੀ ਅਰਲੀ ਵੈਦਿਕ ਪੀਰੀਅਡ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਅਰਲੀ ਵੈਦਿਕ ਪੀਰੀਅਡ ਦੀ ਜੋਗ੍ਰਾਫੀ ਮਤਲਬ ਖੇਤਰ ਉਸਦਾ ਰਾਜਨੀਤਿਕ ਸੰਗਠਨ ਅਤੇ ਸਮਾਜਿਕ ਜੀਵਨ ਦੇ ਬਾਰੇ ਇਸ ਵੀਡੀਓ ਦੇ ਵਿੱਚ ਪੜ੍ਹਾਂਗੇ। ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਦੇਖਦੇ ਹਾਂਗੇ ਜੀ ਅਰਲੀ ਵੈਦਿਕ ਪੀਰੀਅਡ ਨੂੰ। ਤਾਂ ਅਰਲੀ ਵੈਦਿਕ ਪੀਰੀਅਡ ਨੂੰ ਰਿਗਵੈਦਿਕ ਪੀਰੀਅਡ ਵੀ ਕਿਹਾ ਜਾਂਦਾ ਵਾ। ਇਸ ਨੂੰ ਰਿਗਵੈਦਿਕ ਪੀਰੀਅਡ ਕਿਉਂ ਕਿਹਾ ਜਾਂਦਾ ਵਾ, ਕਿਉਂ ਕਿਹਾ ਜਾਂਦਾ ਵਾ? ਕਿਉਂਕਿ ਸਾਡੇ ਜਿਹੜੇ ਚਾਰ ਵੇਦ ਨੇ ਉਹਨਾਂ ਦੇ ਵਿੱਚੋਂ ਇੱਕ ਵੇਦ ਰਿਗਵੈਦ, ਰਿਗਵੈਦ ਦੀ ਰਚਨਾ ਇਸ ਕਾਲ ਦੇ ਦੌਰਾਨ ਹੀ ਹੋਈ ਸੀਗੀ। ਇਸ ਲਈ ਇਸ ਨੂੰ ਰਿਗਵੈਦਿਕ ਪੀਰੀਅਡ ਕਿਹਾ ਜਾਂਦਾ ਹੈ। ਰਿਗਵੈਦਿਕ ਪੀਰੀਅਡ ਦਾ ਜਿਹੜਾ ਸਮਾਂ ਵਾ ਉਹ 1500 ਤੋਂ 1000 BC ਤੱਕ ਦਾ ਮੰਨਿਆ ਜਾਂਦਾ ਵਾ। ਰਿਗਵੈਦਿਕ ਕਾਲ ਦੀ ਜਿਹੜੀ ਸ਼ੁਰੂਆਤ ਹੈਗੀ ਉਹ ਭਾਰਤ ਦੇ ਵਿੱਚ ਆਰੀਅਨ ਲੋਕਾਂ ਦੇ ਆਉਣ ਦੇ ਨਾਲ ਹੋਈ ਸੀ। ਹੁਣ ਦੇਖਦੇ ਹਾਂ ਕਿ ਇਹਦਾ ਖੇਤਰ ਕਿੱਥੇ ਕਿੱਥੇ ਤੱਕ ਸੀਗਾ। ਤਾਂ ਇਹ ਆਰੀਅਨ ਲੋਕ ਪੂਰਬੀ ਅਫਗਾਨਿਸਤਾਨ, ਅੱਜ ਦੇ ਪਾਕਿਸਤਾਨ, ਭਾਰਤ ਦੇ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗ ਦੇ ਵਿੱਚ ਆ ਕੇ ਵਸੇ ਸਨ। ਇਹ ਜਿਸ ਖੇਤਰ ਦੇ ਵਿੱਚ ਆ ਕੇ ਵਸੇ ਸਨ ਉਸ ਨੂੰ ਸਪਤ ਸਿੰਧੂ ਨਾਂ ਨਾਲ ਜਾਣਿਆ ਜਾਂਦਾ ਹੈ। ਸਪਤ ਸਿੰਧੂ ਦਾ ਮਤਲਬ ਹੈ ਸੱਤ ਨਦੀਆਂ ਦੀ ਧਰਤੀ। ਇਹ ਨਦੀਆਂ ਕਿਹੜੀਆਂ ਕਿਹੜੀਆਂ ਸੀਗੀਆਂ? ਸਿੰਧੂ, ਸਰਸਵਤੀ, ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ। ਆਰੀਅਨ ਲੋਕਾਂ ਦਾ ਜਿਹੜਾ ਨਿਵਾਸ ਸੀਗਾ ਉਹ ਇਹਨਾਂ ਨਦੀਆਂ ਦੇ ਆਸ ਪਾਸ ਹੀ ਸੀਗਾ। ਇਹ ਜਿਹੜੀ ਜਾਣਕਾਰੀ ਹੈਗੀ ਇਹ ਸਾਨੂੰ ਰਿਗਵੈਦ ਤੋਂ ਮਿਲਦੀ ਹੈ, ਕਿਉਂਕਿ ਪੁਰਾਣੀਆਂ ਲਿਖਤਾਂ ਦੇ ਵਿੱਚੋਂ ਸਭ ਤੋਂ ਪੁਰਾਣੀ ਲਿਖਤ ਹੈਗੀ ਰਿਗਵੈਦ ਦੀ। ਤਾਂ ਇਹ ਜਿਹੜੀ ਆਰੀਅਨ ਲੋਕਾਂ ਦੇ ਬਾਰੇ ਜਾਣਕਾਰੀ ਹੈ ਸਾਨੂੰ ਉਹ ਰਿਗਵੈਦ ਤੋਂ ਮਿਲਦੀ ਹੈ। ਹੁਣ ਦੇਖਦੇ ਹਾਂ ਕਿ ਅਰਲੀ ਵੈਦਿਕ ਪੀਰੀਅਡ ਦੀ ਰਾਜਨੀਤਿਕ ਸਥਿਤੀ। ਤਾਂ ਜਿਵੇਂ ਆਪਾਂ ਨੇ ਦੇਖਿਆ ਸੀਗਾ ਵੀ ਜਿਹੜੀ ਸਿੰਧੂ ਘਾਟੀ ਦੀ ਸਭਿਅਤਾ ਸੀਗੀ ਉਹਦੇ ਵਿੱਚ ਸਾਨੂੰ ਨਗਰੀ ਯੋਜਨਾ ਜਾਂ ਨਗਰੀ ਸਭਿਅਤਾ ਸਾਨੂੰ ਦੇਖਣ ਨੂੰ ਮਿਲੀ ਹੈ। ਪਰ ਜਿਹੜੇ ਇਹ ਆਰੀਅਨ ਲੋਕ ਸੀਗੇ ਇਹ ਕਬੀਲਿਆਂ ਦੇ ਵਿੱਚ ਰਹਿੰਦੇ ਸੀਗੇ, ਇਸ ਕਰਕੇ ਸਾਨੂੰ ਰਿਗਵੈਦਿਕ ਕਾਲ ਦੇ ਵਿੱਚ ਗ੍ਰਾਮੀਣ ਸਭਿਅਤਾ ਦੇਖਣ ਨੂੰ ਮਿਲੀ ਹੈ। ਆਰੀਅਨ ਲੋਕਾਂ ਨੂੰ ਪੰਜ ਜਨ ਵੀ ਕਿਹਾ ਗਿਆ ਹੈ ਕਿਉਂਕਿ ਇਹਨਾਂ ਦੇ ਪੰਜ ਕਬੀਲੇ ਸਨ। ਤਾਂ ਉਹ ਪੰਜ ਕਬੀਲੇ ਕਿਹੜੇ ਸੀਗੇ? ਅਨੂ, ਦੋਹਰੂ, ਪੁਰੂ, ਤੁਰਵਸ਼ੂ ਤੇ ਜੇਰੂ। ਇਹ ਜਿਹੜੇ ਪੰਜ ਕਬੀਲਿਆਂ ਦੇ ਵਿੱਚ ਆਰੀਅਨ ਲੋਕ ਰਹਿੰਦੇ ਸੀਗੇ। ਇਸ ਕਾਲ 'ਚ ਆਰੀਅਨ ਲੋਕ ਸੰਯੁਕਤ ਪਰਿਵਾਰ ਦੇ ਵਿੱਚ ਰਹਿੰਦੇ ਸਨ, ਮਤਲਬ ਉਹ ਇਕੱਠੇ ਪਰਿਵਾਰ ਦੇ ਵਿੱਚ ਰਹਿੰਦੇ ਸੀਗੇ। ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂਗੇ ਵੀ ਵਿਆਹ ਕਰਾ ਲਿਆ ਤੇ ਚਲੋ ਜੀ ਅੱਡ, ਐਵੇਂ ਨਹੀਂ ਸੀਗਾ। ਉਸ ਸਮੇਂ ਦੇ ਜਿਹੜੇ ਲੋਕ ਸੀਗੇ ਉਹ ਸੰਯੁਕਤ ਪਰਿਵਾਰ ਦੇ ਵਿੱਚ ਰਹਿਣਾ ਪਸੰਦ ਕਰਦੇ ਸੀਗੇ। ਪਰਿਵਾਰ ਨੂੰ ਕੁੱਲ ਕਿਹਾ ਜਾਂਦਾ ਸੀ ਅਤੇ ਕੁੱਲ ਦੇ ਮੁਖੀ ਨੂੰ ਕੁਲਪ ਕਿਹਾ ਜਾਂਦਾ ਸੀਗਾ। ਛੋਟੇ ਛੋਟੇ ਪਰਿਵਾਰ ਮਿਲ ਕੇ ਇੱਕ ਗ੍ਰਾਮ ਬਣਾਉਂਦੇ ਸਨ। ਗ੍ਰਾਮ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀਗਾ? ਗ੍ਰਾਮਣੀ ਨਾਂ ਦੇ ਨਾਲ ਜਾਣਿਆ ਜਾਂਦਾ ਸੀਗਾ ਜਿਹੜਾ ਗ੍ਰਾਮ ਦਾ ਮੁਖੀ ਹੁੰਦਾ ਸੀ। ਅਤੇ ਬਹੁਤ ਸਾਰੇ ਗ੍ਰਾਮਾਂ ਨੂੰ ਮਿਲ ਕੇ ਇੱਕ ਵਿਸ਼ ਬਣਦਾ ਸੀ ਤੇ ਵਿਸ਼ਾਂ ਦੇ ਪ੍ਰਧਾਨ ਨੂੰ ਵਿਸ਼ਪਤੀ ਕਿਹਾ ਜਾਂਦਾ ਸੀਗਾ। ਵਿਸ਼ ਤੋਂ ਜਨ ਬਣਦਾ ਸੀ ਅਤੇ ਜਨ ਦਾ ਜਿਹੜਾ ਪ੍ਰਧਾਨ ਹੁੰਦਾ ਸੀ ਉਹ ਹੁੰਦਾ ਸੀਗਾ ਜਨਪਤੀ। ਜਨ ਤੋਂ ਉੱਪਰ ਰਾਜਾ ਹੁੰਦਾ ਸੀਗਾ ਜਿਸ ਨੂੰ ਉਸ ਸਮੇਂ ਗੋਪ ਜਾਂ ਰਾਜਨ ਕਿਹਾ ਜਾਂਦਾ ਸੀਗਾ। ਰਾਜਨ ਦਾ ਕੰਮ ਹੁੰਦਾ ਸੀਗਾ ਆਪਣੀ ਜਨਤਾ ਅਤੇ ਆਪਣੇ ਰਾਜ ਦੀ ਰਖਵਾਲੀ ਕਰਨੀ। ਇਸ ਕਾਲ ਦੇ ਦੌਰਾਨ ਰਾਜਨ ਵੰਸ਼ ਦੇ ਆਧਾਰ ਤੇ ਨਹੀਂ ਬਣਦਾ ਸੀਗਾ, ਮਤਲਬ ਜਿਹੜਾ ਵਿਅਕਤੀ ਤਾਕਤਵਰ ਤੇ ਅਕਲਮੰਦ ਹੁੰਦਾ ਸੀਗਾ ਉਹੀ ਰਾਜਨ ਬਣਨ ਦੇ ਯੋਗ ਹੁੰਦਾ ਸੀਗਾ, ਉਹੀ ਰਾਜਨ ਬਣਦਾ ਸੀ। ਰਾਜਨ ਨੂੰ ਬਣਾਉਣ ਦਾ ਕੰਮ ਕਬੀਲਿਆਂ ਦੀਆਂ ਸਲਾਹਕਾਰ ਸੰਸਥਾਵਾਂ ਕਰਦੀਆਂ ਸੀਗੀਆਂ। ਇਹ ਸੰਸਥਾਵਾਂ ਸਨ ਸਭਾ, ਸਮਿਤੀ, ਗਣ ਅਤੇ ਵਿਦਿਤ। ਇਹ ਚਾਰ ਸਲਾਹਕਾਰ ਸੰਸਥਾਵਾਂ ਸਨ। ਹੁਣ ਦੇਖਦੇ ਹਾਂ ਕਿ ਸਭਾ ਨੂੰ, ਤਾਂ ਸਭਾ ਦੇ ਵਿੱਚ ਪੜ੍ਹੇ ਲਿਖੇ ਗੁਣੀ, ਪੁਰੋਹਿਤ ਅਤੇ ਕੁਲੀਨ ਵਰਗ ਦੇ ਬਜ਼ੁਰਗ ਵਿਅਕਤੀ ਸ਼ਾਮਲ ਹੁੰਦੇ ਸਨ। ਇਹਨਾਂ ਦਾ ਕੰਮ ਹੁੰਦਾ ਸੀਗਾ ਨਿਆਂ ਨਾਲ ਸੰਬੰਧਿਤ ਮਾਮਲਿਆਂ ਨੂੰ ਦੇਖਣਾ।
ਰਗਵੈਦ ਕਾਲ ਚ ਔਰਤਾਂ ਦੀ ਜਿਹੜੀ ਸਥਿਤੀ ਸੀਗੀ ਉਹ ਵੀ ਚੰਗੀ ਹੁੰਦੀ ਸੀਗੀ, ਇਸ ਲਈ ਇਹ ਵੀ ਸਭਾ ਦੇ ਵਿੱਚ ਸ਼ਾਮਿਲ ਹੋ ਸਕਦੀਆਂ ਸੀਗੀਆਂ। ਮਤਲਬ ਇਹ ਸਭਾ ਵਾ ਇਹਦੇ ਵਿੱਚ ਸ਼ਾਮਿਲ ਹੋ ਸਕਦੀਆਂ ਸੀ ਔਰਤਾਂ, ਇਸਦਾ ਰਗਵੈਦ ਦੇ ਵਿੱਚ ਸਿਰਫ ਇੱਕ ਵਾਰ ਜ਼ਿਕਰ ਆਉਂਦਾ ਵਾ, ਤੇ ਰਗਵੈਦ ਦੇ ਵਿੱਚ ਸਭਾ ਦਾ ਜਿਹੜਾ ਜ਼ਿਕਰ ਹੈਗਾ ਉਹ 8 ਵਾਰ ਆਉਂਦਾ ਵਾ। ਅੱਗੇ ਦੇਖਦੇ ਹਾਂ ਕਿ ਸਮਿਤੀ, ਤਾਂ ਸਮਿਤੀ ਦੇ ਵਿੱਚ ਕਬੀਲਿਆਂ ਦੇ ਸਾਰੇ ਲੋਕ ਜਿਹੜੇ ਸੀਗੇ ਉਹ ਸ਼ਾਮਿਲ ਹੁੰਦੇ ਸੀਗੇ ਜੋ ਰਾਜਨ ਦੀ ਚੋਣ ਕਰਦੇ ਸੀਗੇ। ਮਤਲਬ ਸਾਰੀ ਜਨਤਾ ਸਮਿਤੀ ਦੇ ਵਿੱਚ ਆ ਜਾਂਦੀ ਸੀਗੀ। ਰਗਵੈਦ ਚ ਸਮਿਤੀ ਦਾ ਜ਼ਿਕਰ ਜਿਹੜਾ ਵਾ ਉਹ 9 ਵਾਰ ਆਉਂਦਾ ਵਾ। ਗਨ, ਗਨ ਵਿੱਚ ਸਿਪਾਹੀ ਹੁੰਦੇ ਸਨ, ਇਸ ਦੇ ਪ੍ਰਧਾਨ ਨੂੰ ਗਣਪਤੀ ਕਿਹਾ ਜਾਂਦਾ ਸੀਗਾ। ਜਿਹੜੀ ਗਨ ਸਭਾ ਇਹਦੇ ਵਿੱਚ ਸਿਪਾਹੀ ਹੁੰਦੇ ਸਨ ਤੇ ਇਸਦੇ ਪ੍ਰਧਾਨ ਨੂੰ ਗਣਪਤੀ ਕਿਹਾ ਜਾਂਦਾ ਸੀ। ਅੱਗੇ ਆ ਜਾਂਦਾ ਜੀ ਵਿਦਤ, ਵਿਦਤ ਧਰਮ ਨਿਰਪੱਖ, ਧਾਰਮਿਕ ਅਤੇ ਸੈਨਿਕ ਉਦੇਸ਼ਾਂ ਦੇ ਲਈ ਬਣਾਈ ਗਈ ਆਰੀਅਨ ਲੋਕਾਂ ਦੀ ਸਭ ਤੋਂ ਪਹਿਲੀ ਸਭਾ ਸੀ। ਸਭ ਤੋਂ ਪਹਿਲੀ ਸਭਾ ਜਿਹੜੀ ਸੀਗੀ ਉਹ ਵਿਦਤ ਸੀਗੀ। ਇਹ ਧਰਮ ਨਿਰਪੱਖ, ਧਾਰਮਿਕ ਅਤੇ ਸੈਨਿਕ ਉਦੇਸ਼ਾਂ ਦੇ ਲਈ ਬਣਾਈ ਗਈ ਸੀਗੀ, ਜਿਸ 'ਚ ਮਹਿਲਾਵਾਂ ਅਤੇ ਮਰਦਾਂ ਨੂੰ ਅਕਸਰ ਸ਼ਾਮਿਲ ਕੀਤਾ ਜਾਂਦਾ ਸੀ। ਮਤਲਬ ਇਹਦੇ ਵਿੱਚ ਮਹਿਲਾਵਾਂ ਅਤੇ ਮਰਦ ਸ਼ਾਮਿਲ ਹੁੰਦੇ ਸੀਗੇ ਵਿਦਤ ਦੇ ਵਿੱਚ। ਰਗਵੈਦ 'ਚ ਇਸ ਦਾ ਜਿਹੜਾ ਜ਼ਿਕਰ ਹੈਗਾ 122 ਵਾਰ ਆਉਂਦਾ ਵਾ। ਰਾਜਨ ਕੋਲ ਧਨ ਕਿਵੇਂ ਆਉਂਦਾ ਸੀਗਾ ਹੁਣ ਦੇਖਦੇ ਹਾਂ ਵੀ ਰਾਜਨ ਪੈਸਾ ਕਿੱਥੋਂ ਇਕੱਠਾ ਕਰਦਾ ਸੀ। ਤਾਂ ਦੋ ਤਰੀਕਿਆਂ ਦੇ ਨਾਲ ਰਾਜਨ ਸੀਗਾ ਜਿਹੜਾ ਪੈਸਾ ਇਕੱਠਾ ਕਰਦਾ ਸੀ। ਜੋ ਕਬੀਲੇ ਦੇ ਅਮੀਰ ਲੋਕ ਹੁੰਦੇ ਸਨ ਉਹ ਆਪਣੇ ਆਪ ਰਾਜਾ ਨੂੰ ਜਿਹੜਾ ਧਨ ਦਿੰਦੇ ਸਨ, ਜਿਸ ਨੂੰ ਬਲੀ ਕਿਹਾ ਜਾਂਦਾ ਸੀਗਾ। ਬਲੀ ਇਹ ਇਹਨਾਂ ਨੂੰ ਟੈਕਸ ਵੀ ਕਹਿ ਸਕਦੇ ਹਾਂ ਵੀ ਇਹ ਜਿਹੜਾ ਉਸ ਸਮੇਂ ਟੈਕਸ ਹੈਗਾ ਜਿਹੜਾ ਰਾਜਨ ਨੂੰ ਦਿੱਤਾ ਜਾਂਦਾ ਸੀਗਾ। ਦੂਜਾ ਇਹ ਜਿਸ ਸਥਾਨ ਤੇ ਇਹ ਜਿੱਤ ਪ੍ਰਾਪਤ ਕਰਦੇ ਸਨ, ਮਤਲਬ ਕਿਸੇ ਏਰੀਏ ਨੂੰ ਚਲੇ ਜਾਂਦੇ ਸੀ ਜਿੱਤਣ ਤਾਂ ਉਹਨੂੰ ਜਿੱਤ ਲੈਂਦੇ ਸੀ, ਜਿਹੜਾ ਉੱਥੋਂ ਮਾਲ ਦਾਮ ਮਿਲਦਾ ਸੀਗਾ ਉਹ ਇਕੱਠਾ ਕਰ ਲੈਂਦੇ ਸੀ, ਤਾਂ ਉਹ ਵੀ ਜਿਹੜਾ ਰਾਜਨ ਦੇ ਕੋਲ ਹੀ ਪੈਸਾ ਇਕੱਠਾ ਹੁੰਦਾ ਸੀਗਾ। ਅੱਗੇ ਦੇਖਦੇ ਹਾਂ ਕਿ ਰਾਜਨ ਨੂੰ ਦੋ ਵਿਅਕਤੀ ਸਲਾਹ ਦਿੰਦੇ ਹੁੰਦੇ ਸੀਗੇ, ਇੱਕ ਸੀਗਾ ਪੁਰੋਹਿਤ ਤੇ ਦੂਜਾ ਸੀਗਾ ਸੈਨਾਨੀ। ਸੈਨਾਨੀ ਜੋ ਸੈਨਾ ਦਾ ਮੁਖੀ ਹੁੰਦਾ ਸੀਗਾ, ਸਭ ਤੋਂ ਜਿਹੜੀ ਜ਼ਿਆਦਾ ਸਲਾਹ ਜਿਹੜਾ ਰਾਜਨ ਸੀਗਾ ਉਹ ਪੁਰੋਹਿਤ ਤੋਂ ਲੈਂਦਾ ਸੀਗਾ। ਹੁਣ ਦੇਖਦੇ ਹਾਂ ਕਿ ਸਮਾਜਿਕ ਜੀਵਨ, ਤਾਂ ਰਗਵੈਦਿਕ ਕਾਲ 'ਚ ਗ੍ਰਾਮੀਣ ਸੱਭਿਅਤਾ ਸੀਗੀ, ਇਹ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਵੀ ਜਿਹੜੀ ਰਗਵੈਦਿਕ ਕਾਲ ਦੀ ਜਿਹੜੀ ਸੱਭਿਅਤਾ ਸੀਗੀ ਉਹ ਗ੍ਰਾਮੀਣ ਸੱਭਿਅਤਾ ਸੀਗੀ। ਆਰੀਅਨ ਲੋਕ ਕਬੀਲੇ 'ਚ ਰਹਿੰਦੇ ਸਨ, ਇਸ ਕਾਲ 'ਚ ਸੰਯੁਕਤ ਪਰਿਵਾਰ ਹੁੰਦੇ ਸਨ, ਮਰਦ ਪ੍ਰਧਾਨ ਸਮਾਜ ਬਣਨਾ ਸ਼ੁਰੂ ਹੁੰਦਾ ਵਾ ਇੱਥੋਂ। ਮਤਲਬ ਰਗਵੈਦਿਕ ਕਾਲ ਤੋਂ ਜਿਹੜਾ ਮਰਦ ਪ੍ਰਧਾਨ ਹੈਗਾ ਉਹ ਬਣਨਾ ਸ਼ੁਰੂ ਹੁੰਦਾ, ਮਤਲਬ ਜਿਹੜਾ ਬੰਦਾ ਹੁੰਦਾ ਵਾ ਉਹਦੀ ਪਰਿਵਾਰ ਦੇ ਵਿੱਚ ਚੱਲਣੀ ਸ਼ੁਰੂ ਹੋ ਜਾਂਦੀ ਹੈਗੀ। ਔਰਤਾਂ ਮਰਦਾਂ ਦੇ ਬਰਾਬਰ ਹੀ ਸਨ। ਜਦੋਂ ਇਹ ਭਾਰਤ ਵਿੱਚ ਆਏ ਸਨ ਜਿਹੜੇ ਆਰੀਅਨ ਲੋਕ ਸੀਗੇ, ਤਾਂ ਇਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਜਿਹੜੀ ਜਾਤੀਵਾਦ ਦੀ ਜਿਹੜੀ ਵਿਵਸਥਾ ਸੀਗੀ ਉਹ ਬਹੁਤ ਹੁੰਦੀ ਸੀਗੀ। ਭਾਰਤ ਵਿਚਲੀ ਜਾਤੀਵਾਦ ਵਿਵਸਥਾ ਨੂੰ ਇਹਨਾਂ ਨੇ ਆ ਕੇ ਹੋਰ ਵਧਾ ਦਿੱਤਾ ਸੀਗਾ। ਇਹ ਗੋਰੇ ਸਨ ਅਤੇ ਭਾਰਤ ਦੇ ਮੂਲ ਨਿਵਾਸੀ ਥੋੜ੍ਹੇ ਕਾਲੇ ਰੰਗ ਦੇ ਸੀਗੇ, ਮਤਲਬ ਆਪਣੇ ਵਰਗੇ ਸੀਗੇ, ਅਤੇ ਜਿਹੜੇ ਆਰੀਅਨ ਲੋਕ ਸੀਗੇ ਉਹ ਥੋੜ੍ਹੇ ਜਿਹੇ ਗੋਰੇ ਸੀਗੇ। ਇਸ ਲਈ ਇਹ ਮੂਲ ਨਿਵਾਸੀਆਂ ਦੇ ਨਾਲ ਨਫ਼ਰਤ ਕਰਦੇ ਸਨ, ਇਹ ਆਪਣੇ ਆਪ ਨੂੰ ਸਾਫ਼ ਖੂਨ ਵਾਲੇ ਸਮਝਦੇ ਸਨ। ਫਿਰ ਹੌਲੀ ਹੌਲੀ ਕਬੀਲਿਆਂ 'ਚ ਜਾਤੀਵਾਦ ਜਿਹੜਾ ਉਹ ਵੱਧ ਗਿਆ, ਜਿਵੇਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਇਹ ਜਿਹੜੀਆਂ ਵਰਨ ਵਿਵਸਥਾ ਦੇ ਵਿੱਚ ਚਾਰ ਜਾਤਾਂ ਆ ਜਾਂਦੀਆਂ ਸੀਗੀਆਂ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਸ਼ੂਦਰ ਨੂੰ ਦਾਸ ਵੀ ਕਹਿ ਦਿੰਦੇ ਸੀਗੇ। ਇਸ ਜਾਤੀਵਾਦ ਨੂੰ ਵਰਨ ਵਿਵਸਥਾ ਵੀ ਕਿਹਾ ਜਾਂਦਾ ਵਾ। ਵਰਨ ਦਾ ਮਤਲਬ ਹੁੰਦਾ ਰੰਗ, ਜਿਵੇਂ ਆਰੀਅਨ ਲੋਕ ਸੀਗੇ ਗੋਰੇ ਅਤੇ ਜਿਹੜੇ ਦਾਸ ਹੁੰਦੇ ਸੀਗੇ ਉਹ ਕਾਲੇ ਹੁੰਦੇ ਸੀਗੇ, ਤਾਂ ਵਰਨ ਦਾ ਮਤਲਬ ਹੁੰਦਾ ਵਾ ਰੰਗ। ਆਰੀਆ ਦਾ ਮਤਲਬ ਸੀ ਉਹ ਇਨਸਾਨ ਜਿਸਦੀ ਸਾਰੇ ਇੱਜ਼ਤ ਕਰਨ, ਮਤਲਬ ਜਿਹੜਾ ਆਰੀਆ ਸ਼ਬਦ ਸੀਗਾ ਉਸਦਾ ਮਤਲਬ ਇਹ ਸੀਗਾ ਵੀ ਉਹ ਵਿਅਕਤੀ ਜਿਸਦੀ ਸਾਰੇ ਲੋਕ ਇੱਜ਼ਤ ਕਰਨ ਤਾਂ ਉਹ ਆਰੀਆ।
ਇਸ ਕਾਲ 'ਚ ਇੱਕ ਵਿਅਕਤੀ ਇੱਕ ਵਿਆਹ ਹੀ ਕਰਾ ਸਕਦਾ ਸੀਗਾ, ਵਿਧਵਾ ਅਤੇ ਬਾਲ ਵਿਆਹ ਵੀ ਕਰਾਏ ਜਾਂਦੇ ਸੀਗੇ। ਇਸ ਕਾਲ ਦੇ ਵਿੱਚ ਵਿਧਵਾ ਵਿਆਹ ਅਤੇ ਬਾਲ ਵਿਆਹ ਵੀ ਕਰਵਾਏ ਜਾਂਦੇ ਸੀ। ਵਿਆਹ ਦੀ ਉਮਰ ਇਸ ਕਾਲ ਦੇ ਵਿੱਚ 15 ਤੋਂ 17 ਸਾਲ ਦੀ ਹੁੰਦੀ ਸੀਗੀ। ਹੁਣ ਦੇਖਦੇ ਹਾਂ ਕਿ ਰਿਗਵੈਦਿਕ ਕਾਲ ਦੇ ਲੋਕਾਂ ਦੇ ਜਿਹੜੇ ਸ਼ੌਂਕ ਸੀਗੇ ਉਹ ਕਿੱਦਾਂ ਦੇ ਸੀਗੇ। ਇਹ ਦਾਰੂ ਪੀਂਦੇ ਸੀਗੇ, ਸ਼ੋਮਾ ਅਤੇ ਸ਼ੂਰਾ ਨਾਂ ਦੀਆਂ ਜਿਹੜੀਆਂ ਦਾਰੂਆਂ ਸੀਗੀਆਂ ਇਹ ਦਾਰੂਆਂ ਨੂੰ ਪੀਂਦੇ ਸੀਗੇ। ਗਹਿਣੇ ਪਾਉਣ, ਸੰਗੀਤ ਸੁਣਨ, ਨੱਚਣ ਟੱਪਣ, ਗੀਤ ਗਾਉਣ, ਜੂਆ ਖੇਡਣ ਅਤੇ ਰੱਥ ਦੀ ਰੇਸ ਕਰਨਾ ਇਹ ਉਸ ਸਮੇਂ ਦੇ ਲੋਕਾਂ ਦੇ ਜਿਹੜੇ ਸ਼ੌਂਕ ਸੀਗੇ। ਇਹ ਚੀਜ਼ਾਂ ਨੂੰ ਉਹ ਕਰਦੇ ਸੀ, ਖੇਡਾਂ ਖੇਡਦੇ ਸੀਗੇ, ਜੂਆ ਖੇਡਦੇ ਸੀ, ਦਾਰੂਆਂ ਪੀਂਦੇ ਸੀਗੇ। ਇਹ ਜਿਹੜੇ ਸ਼ੌਂਕ ਸੀਗੇ ਉਹ ਆਪਦੇ ਬੜੇ ਚਾਅ ਨਾਲ ਪੂਰੇ ਕਰਦੇ ਸੀਗੇ। ਤਾਂ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ। ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਹੈ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਦੀ ਹੋਰ ਐਜੂਕੇਸ਼ਨ ਵੀਡੀਓ ਦੇਖਣ ਦੇ ਲਈ ਵੀ ਸਾਡੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।